ਸਤਰਾਣਾ ਵਿਧਾਨ ਸਭਾ ਦੇ ਪਿੰਡ ਅਤਾਲਾ ਵਿੱਚ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਸਰਫਾਸ ਦੀਆਂ ਗੋਲੀਆਂ ਖਾ ਲਈਆਂ ਜਿਸ ਨਾਲ ਉਸਦੀ ਮੌਤ ਹੋ ਗਈ। ਭੁਪਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਅਤੇ ਉਹਨਾਂ ਦੇ ਰਿਸ਼ਤੇਦਾਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੇ ਕੋਲ 1.5 ਏਕੜ ਜ਼ਮੀਨ ਸੀ ਜਿਸ ਵਿੱਚ ਅੱਧਾ ਏਕੜ ਉਸਨੇ ਵੇਚ ਦਿੱਤੀ ਸੀ। ਉਹਨਾਂ ਦੱਸਿਆ ਕਿ ਉਹਨਾਂ ਦੀ ਧੀ ਨਰਸਿੰਗ ਕਾਲਜ ਵਿੱਚ ਪੜ੍ਹਾਈ ਕਰ ਰਹੀ ਸੀ। ਜਦੋਂ ਧੀ ਨੇ ਪਿਤਾ ਤੋਂ ਫੀਸ ਮੰਗੀ ਤਾਂ ਉਹ ਕਮਿਸ਼ਨ ਏਜੰਟ ਦੇ ਕੋਲ ਗਿਆ, ਪਰ ਕਮਿਸ਼ਨ ਏਜੰਟ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਪਰੇਸ਼ਾਨ ਹੋ ਗਿਆ, ਜਿਸ ਤੋਂ ਬਾਅਦ ਉਸਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਹੈ। ਉੱਥੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਤਾਂ ਪੰਜਾਬ ਵਿੱਚ ਅਜਿਹੀ ਲਹਿਰ ਚੱਲੇਗੀ ਜੋ ਕੈਪਟਨ ਸਰਕਾਰ ਦੇ ਪਤਨ ਦਾ ਕਾਰਨ ਬਣੇਗੀ। ਲੱਤ ਤੋਂ ਇਹਦੀ ਪੂਰੀ ਲੱਤ ਕੰਮ ਨਹੀਂ ਸੀ ਕਰਦੀ, ਨਾ ਤਾਂ ਬੱਚੀ ਦੀ ਫੀਸ ਭਰ ਸਕਦਾ ਸੀ, ਨਾ ਬੱਚੇ ਦੀ, ਦੋਵੇਂ ਬੱਚੇ ਆ ਕੇ ਲੜਨ ਡਏ ਹਨ ਕਈ ਦਿਨਾਂ ਤੋਂ, ਵੀ ਸਾਨੂੰ ਸਕੂਲ ਪਰੇਸ਼ਾਨ ਕਰਦਾ। ਸਰਕਾਰ ਨੇ ਨਹੀਂ ਹਜੇ ਤੱਕ ਸਕੂਲਾਂ 'ਤੇ ਕੋਈ ਬੈਨ ਲਾਇਆ, ਨਹੀਂ ਕਿਸਾਨਾਂ ਦੀ ਸੁਣਦੀ, ਉਹ ਆਪਣੇ ਕਰਜ਼ੇ ਤੋਂ ਤੰਗ ਆ ਕੇ ਉਹਨੇ ਸੁਸਾਈਡ ਕੀਤਾ। ਪਟਿਆਲਾ ਤੋਂ ਹਰਵਿੰਦਰ ਕੁੱਕੂ ਦੇ ਨਾਲ ਬਿਊਰੋ ਰਿਪੋਰਟ, KTV।